ਮਨ ਦੀਆਂ ਪੰਜ ਅਵਸਥਾਵਾਂ ਹਨ। ਯਥਾ, ਪਹਿਲੀ ਖਿਆਪਤ, ਦੂਜੀ ਵਿਖਿਆਪਤ, ਤੀਸਰੀ ਮੂੜ, ਚੌਥੀ ਅਨੁਰੁੱਧ, ਪੰਜਵੀਂ ਇਕਾਗਰ। ਜਦੋਂ ਮਨ ਸ਼ਬਦ, ਸਪਰਸ਼ ਆਦਿਕ ਵਿਸ਼ਿਆਂ ਦਾ ਆਕਾਰ ਹੋ ਕੇ ਹਰ ਸਮੇਂ ਚਿਤਵਨੀ ਕਰਦਾ ਰਹਿੰਦਾ ਹੈ, ਉਸ ਨੂੰ ਖਿਆਪਤ ਕਹਿੰਦੇ ਹਨ। ਭਾਵ ਵਿਸ਼ੇ ਵਿਕਾਰਾਂ ਦੇ ਵਿੱਚ ਜਦੋਂ ਬਿਰਤੀ ਰਹੇ ਤਾਂ ਉਹਨੂੰ ਖਿਆਪਤ ਅਵਸਥਾ ਕਹਿੰਦੇ ਹਨ। ਦੂਸਰੀ, ਜਦੋਂ ਕਦੇ ਮਨ ਪਦਾਰਥਾਂ ਵੱਲ ਜਾਵੇ, ਕਦੇ ਅੰਦਰ ਪ੍ਰਭੂ ਦਾ ਚਿੰਤਨ ਕਰੇ, ਇਹਨਾਂ ਦੋਹਾਂ ਹਾਲਤਾਂ ਦਾ ਨਾਮ ਵਿਖਿਆਪਤ ਹੈ। ਕਦੇ ਉੱਧਰ ਕਦੇ ਉੱਧਰ, ਹੈ ਨਾ। ਜਦੋਂ ਮਨ ਕਿਸੇ ਵਿਚਾਰ ਅਤੇ ਬਚਨਾਂ ਨੂੰ ਸੁਣ ਕੇ ਸਮਝਣ ਤੋਂ ਸਮਰੱਥ ਹੋਵੇ, ਉਸ ਵਿੱਚ ਲੈਤਾ ਵੀ ਹੁੰਦੀ ਹੈ। ਜਦੋਂ ਮਨ ਅਚੇਤ ਹੋ ਕੇ ਨਿੰਦਰਾ ਦੇ ਵਸੀਕਾਰ ਹੋ ਜਾਵੇ, ਭਾਵ ਉਸ ਵਿੱਚ ਲੀਨ ਹੋਵੇ, ਇਹ ਮੂੜ ਅਵਸਥਾ ਹੈ। ਚੌਥੀ, ਜਦੋਂ ਮਨ ਨੂੰ ਸਾਵਧਾਨ ਹੋ ਕੇ ਬਾਹਜ ਪਦਾਰਥਾਂ ਤੋਂ ਵਾਰੰਵਾਰ ਰੋਕ ਕੇ ਅੰਤਰਮੁੱਖ ਕਰਨ ਦਾ ਅਭਿਆਸ ਕਰੇ ਅਤੇ ਆਪਣੇ ਸਰੂਪ ਦਾ ਆਨੰਦ ਮਾਣੇ, ਇਸ ਦਾ ਨਾਮ ਅਨੁਰੁੱਧ ਅਵਸਥਾ ਹੈ। ਪੰਜਵੀਂ, ਜਦੋਂ ਮਨ ਕਿਸੇ ਯਤਨ ਕੀਤੇ ਬਗੈਰ ਹੀ ਪੂਰਨ ਇਕਾਗਰਤਾ ਨੂੰ ਪ੍ਰਾਪਤ ਹੋ ਜਾਵੇ, ਇਹ ਮਨ ਦੀ ਪਰਮ ਆਨੰਦ ਇਕਾਗਰ ਅਵਸਥਾ ਹੈ। ਖਿਆਪਤ, ਭਾਮਰ ਦੀ ਅਵਸਥਾ ਹੈ, ਜਿਹੜੀ ਪਹਿਲੀ ਆ, ਵਿਸ਼ਿਆਂ ਦਾ ਮਤਲਬ ਵਿਸ਼ਿਆਂ ਦੇ ਵਿੱਚ ਹੀ ਮਨ ਜਿਹਦਾ ਭੱਜਿਆ ਫਿਰਦਾ। ਜਥਾ, ਅੱਖੀ ਮੀਟ ਪਵਾਰ ਗਿਆ, ਗੁਰੂ ਗ੍ਰੰਥ ਸਾਹਿਬ ਦਾ ਰੈਫਰੈਂਸ ਦਿੱਤਾ ਇਹਨਾਂ ਨੇ, ਲੇਖਕ ਨੇ। ਦੂਸਰੀ ਹੈਗੀ ਮੂੜ, ਇਹ ਵਿਖਈ ਦੀ ਅਵਸਥਾ ਹੈ। ਇੱਥੇ ਭੋਗਾਂ ਵਿੱਚ ਪ੍ਰਵਿਰਤ ਹੋਣਾ ਅਤੇ ਅੱਗੇ ਸੁੱਖ ਵਾਸਤੇ ਪੁੰਨ ਕਰਨੇ, ਮੂੜ ਹੈ ਨਾ, ਜਿਹੜੀ ਮੂੜ ਦੂਸਰੀ ਅਵਸਥਾ। ਖਾਧਾ ਹੋਇਆ ਸਵਾਹ ਵੀ ਖਾਣੇ ਸਿਓ ਦੋਸਤੀ, ਗੁਰਬਾਣੀ ਦਾ ਕਿਸੇ ਗ੍ਰੰਥ ਦੇ ਵਿੱਚੋਂ ਰੈਫਰੈਂਸ ਦਿੱਤਾ ਇਹਨਾਂ ਨੇ। ਵਿਖਿਆਪਤ, ਤੀਸਰੀ ਅਵਸਥਾ, ਇਹ ਜਗਿਆਸੂ ਦੀ ਅਵਸਥਾ ਹੈ। ਸੰਸੇ ਵਿੱਚ ਬਿਰਤੀ ਰਹਿਣੀ ਕਿ ਭਜਨ ਕਰਾਂ ਕਿ ਸੇਵਾ ਕਰਾਂ, ਹੈ ਨਾ। ਜਥਾ, ਗੋਥੇ ਖਾਹੇ ਨਾ ਨਿਕਲੇ, ਪੰਨਾ 146। ਅਨਰੁੱਧ, ਚੌਥੀ ਅਵਸਥਾ ਜਿਹੜੀ ਹੈ, ਯੋਗੀ ਦੀ ਅਵਸਥਾ ਹੈ। ਜਿਤਨਾ ਚਿਰ ਦਸਮ ਦੁਆਰ ਵਿੱਚ ਬਿਰਤੀ ਰਹਿਣੀ, ਉਤਨਾ ਚਿਰ ਆਨੰਦ ਪ੍ਰਾਪਤ ਹੋਣਾ, ਉਥਾਨ ਹੋਣ ਤੋਂ ਵਿਸ਼ੇ ਵਿੱਚ ਪ੍ਰਵਿਰਤ ਹੋ ਜਾਣਾ, ਫਿਰ ਉਹੀ ਸੰਕਲਪ ਵਿਕਲਪ। ਪੰਜਵੀਂ ਇਕਾਗਰ, ਇਹ ਗਿਆਨਵਾਨ ਜੀਵਨ ਮੁਕਤ ਦੀ ਅਵਸਥਾ ਹੈ। ਭਾਵ ਹਰ ਸਮੇਂ ਇੱਕੋ ਆਤਮ ਸਰੂਪ ਵਿੱਚ ਬਿਰਤੀ ਜੁੜੀ ਰਹਿਣੀ। ਇਸੇ ਤਰ੍ਹਾਂ ਮਨ ਦੀਆਂ ਪੰਜ ਹੀ ਬਿਰਤੀਆਂ ਵੀ ਹਨ। ਪਹਿਲੀਆਂ ਅਵਸਥਾਵਾਂ ਸੀ ਪੰਜ, ਹੁਣ ਪੰਜ ਬਿਰਤੀਆਂ ਦਾ ਜ਼ਿਕਰ ਕਰ ਰਹੇ ਨੇ। ਪਹਿਲੀ ਪ੍ਰਮਾਣ, ਦੂਜੀ ਵਿਪਰਜੇ, ਤੀਸਰੀ ਨਿੰਦਰਾ, ਚੌਥੀ ਵਿਕਲਪ, ਪੰਜਵੀਂ ਸਮ੍ਰਿਤੀ। ਪਹਿਲੀ ਪ੍ਰਮਾਣ, ਮਨ ਦੇ ਦਿਸਣ ਵਾਲੀਆਂ ਚੀਜ਼ਾਂ ਵਿੱਚ ਹੀ ਹਮੇਸ਼ਾ ਪਰਚੇ ਰਹਿਣਾ, ਇਹਨੂੰ ਪ੍ਰਮਾਣ ਬਿਰਤੀ ਕਹਿੰਦੇ ਨੇ। ਇਸ ਦੀ ਨਿਵਿਰਤੀ, ਮਨ ਨੂੰ ਸੰਬੋਧਨ ਕਰਨਾ, ਮਨ ਨੂੰ ਸਮਝਾਉਣਾ, ਭਾਵ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਦੇਖ ਰਿਹਾ ਮਨਾ ਇਹ ਸਭ ਮਿੱਥਿਆ ਹੈ। ਤਥਾ ਦ੍ਰਿਸ਼ਟਮਾਨ ਸਭ ਬਿਨਸੀਏ ਕਿਆ ਲੱਗੇ ਗਵਾਰ, ਕਿਉਂ ਮੂਰਖ ਮਨਾ ਜਿਹਨੇ ਬਿਨਸ ਜਾਣ ਵਾਲੇ ਦ੍ਰਿਸ਼ਟਮਾਨ ਦੇ ਵਿੱਚ ਲੱਗਿਆ। ਇਹ ਹੈਗਾ ਪੰਨਾ 808, ਅਥਵਾ ਦ੍ਰਿਸ਼ਟਿਓ ਕੱਛ ਸੰਗ ਨਾ ਜਾਏ, ਮਾਨ ਤਿਆਗ ਮੋਹਾ, ਪੰਨਾ 1230। ਦੂਸਰੀ ਬਿਰਤੀ ਦਾ ਨਾਂ ਹੈਗਾ ਵਿਪਰਜੇ, ਵੇਦ ਸ਼ਾਸਤਰ ਗੁਰੂ ਦੀ ਆਗਿਆ ਤੋਂ ਉਲਟ ਸੁਭਾਅ, ਸਾਰੇ ਜਗਤ ਨੂੰ ਸੱਤ ਜਾਣਨਾ, ਬ੍ਰਹਮ ਨੂੰ ਅਸੱਤ ਜਾਣਨਾ। ਇਸ ਦੀ ਨਿਵਿਰਤੀ, ਇਹ ਜਗ ਧੂਏ ਕਾ ਪਹਾੜ, ਤੈਂ ਸੱਚਾ ਮਾਨਿਆ ਕਹਿ ਵਿਚਾਰ, ਇਹ ਨਿਸ਼ਚਾ ਕਰਾਉਣਾ, ਦ੍ਰਿੜ ਕਰਨਾ ਵਾਰ ਵਾਰ ਅਭਿਆਸ ਕਰਕੇ। ਤੀਸਰੀ ਨਿੰਦਰਾ, ਪ੍ਰਤੱਖ ਨੀਂਦ ਆ ਜਾਣੀ, ਅਥਵਾ ਜਾਗਰਤ ਸੁਪਨ ਦਾ ਅਭਾਵ, ਸੁਖੋਪਤ ਅਵਸਥਾ ਵਿੱਚ ਮਨ ਬੁੱਧ ਅਵਿਦਿਆ ਵਿਖੇ ਲੀਨ ਹੋ ਜਾਣਾ। ਇਸ ਦੀ ਨਿਵਿਰਤੀ, ਪਰਮੇਸ਼ੁਰ ਦੇ ਪਿਆਰੇ ਅੰਮ੍ਰਿਤ ਵੇਲੇ ਜਾਗ ਕੇ ਜੁੜਦੇ ਹਨ, ਤੂੰ ਵੀ ਪਰਮੇਸ਼ੁਰ ਦੀ ਭਗਤੀ ਕਰ, ਮਨ ਨੂੰ ਕਹਿੰਦੇ ਨੇ ਆਪਣੇ ਆਪ ਨੂੰ। ਭਿੰਨੀ ਰੈਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅੰਦਨੋ। ਪੰਨਾ ਹੈਗਾ ਇਹ 459। ਚੌਥਾ ਵਿਕਲਪ ਬਿਰਤੀ ਹੈ ਮਨ ਦੀ, ਮਨ ਦੀ ਬਿਰਤੀ ਇਕਾਗਰ ਨਾ ਹੋ ਸਕਣੀ, ਹਰ ਸਮੇਂ ਘਾਲਣਾ ਥੋੜ੍ਹੀ ਅਤੇ ਫਲ ਦੀ ਇੱਛਾ ਬਹੁਤ ਕਰਨੀ। ਜਥਾ ਸੇਵਾ ਥੋੜ੍ਹੀ, ਮੰਗਣ ਬਹੁਤਾ। ਇਸ ਦੀ ਨਿਵਿਰਤੀ, ਫਲ ਦੀ ਇੱਛਾ ਛੱਡ ਕੇ ਸੇਵਾ ਅਤੇ ਸਿਮਰਨ ਵਿੱਚ ਲੱਗੇ ਰਹਿਣਾ। ਸੇਵਾ ਕਰਤ ਹੋਏ ਨਹਿਕਾਮੀ, ਤਿਸਕੋ ਹੋਤ ਪ੍ਰਾਪਤ ਸਵਾਮੀ। ਪੰਜਵੀਂ ਸਮ੍ਰਿਤੀ, ਭਜਨ ਸਿਮਰਨ ਦੇ ਸਮੇਂ ਸਮਾਧੀ ਵਿੱਚ ਬੈਠਿਆਂ ਪਿਛਲੇ ਕੰਮਾਂ ਨੂੰ ਚੇਤੇ ਕਰੀ ਜਾਣਾ। ਨਿਵਿਰਤੀ ਕੀ ਹੈ ਦਾ ਸਾਧਨ, ਮਨ ਦੀ ਮਤ ਦਾ ਤਿਆਗ, ਗੁਰਮਤ ਦਾ ਗ੍ਰਹਿਣ ਕਰਨਾ। ਮਨ ਕੀ ਮਤ ਤਿਆਗੋ ਹਰ ਜਨਾ, ਇਹ ਬਾਤ ਕਠੈਨੀ। ਪੰਨਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਇਹ 800। ਅਥਵਾ ਜੋ ਬਣਨੀ ਸੋ ਬਣ ਰਹੀ, ਜੋ ਬਣੀ ਸੋ ਬਣੀ, ਅਣਬਣਨੀ ਦੇ ਬਣਨ ਮੇਂ ਪਚ ਪਚ ਮੋਈ ਘਨੀ।
ਜੋ ਪੂਰੇ ਪੂਰੀ ਕਰੀ ਘਟਤ ਨਾ ਬੜਤ ਕਨੀ ਅਨਬਨਨੀ ਜੋ ਚਿਤਵ ਤੇ ਤਿੰਨ ਕੀ ਤੁੱਛ ਮਨੀ।